ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੇ ਮੀਡੀਆ ਦੀ ਸੱਚਾਈ ਇੱਕ ਕਵਿਤਾ ਦੇ ਜ਼ਰੀਏ ਪੇਸ਼ ਕਰ ਰਿਹਾ, ਲਓ ਜੀ ਸੁਣ ਕੇ। ਮੱਚਦੀ ਹੋਈ ਅੱਗ ਨੂੰ ਮਚਾਉਂਦਾ ਸਾਡਾ ਮੀਡੀਆ, ਟੀਵੀ ਰਾਹੀਂ ਸਾਨੂੰ ਭੜਕਾਉਂਦਾ ਸਾਡਾ ਮੀਡੀਆ, ਮੁੰਨੀ ਨਾਲੋਂ ਵੱਧ ਬਦਨਾਮ ਹੋਈਆਂ ਐਂਕਰਾਂ, ਦੇਸ਼ ਚ ਪਵਾੜੇ ਨਵੇਂ ਪਾਉਂਦਾ ਸਾਡਾ ਮੀਡੀਆ, ਬਲਦੀ ਦੇ ਉੱਤੇ ਤੇਲ ਪਾਉਂਦਾ ਸਾਡਾ ਮੀਡੀਆ, ਏਸੀ ਵਾਲੇ ਕਮਰੇ ਚ ਬੈਠ ਗੱਲਾਂ ਜੰਗ ਦੀਆਂ, ਜਾ ਕੇ ਪੁੱਛੋ ਮਾਵਾਂ ਨੂੰ ਜੋ ਨਿੱਤ ਖੈਰਾਂ ਮੰਗਦੀਆਂ, ਜਿਨ੍ਹਾਂ ਦੇ ਜਵਾਨ ਪੁੱਤ ਬਾਰਡਰਾਂ ਤੇ ਬੈਠੇ ਜਾ ਕੇ, ਉਹਨਾਂ ਨੂੰ ਹੀ ਪਤਾ ਕਿੰਜ ਘੜੀਆਂ ਫੇ ਲੰਘਦੀਆਂ, ਆਪਣੀ ਟੀ ਆਰ ਪੀ ਵਧਾਉਣ ਦੇ ਆ ਚੱਕਰਾਂ ਚ, ਆਪਣੀ ਟੀ ਆਰ ਪੀ ਵਧਾਉਣ ਦੇ ਆ ਚੱਕਰਾਂ ਚ, ਝੂਠੀਆਂ ਹੀ ਖਬਰਾਂ ਦਿਖਾਉਂਦਾ ਸਾਡਾ ਮੀਡੀਆ, ਮੱਚਦੀ ਹੋਈ ਅੱਗ ਨੂੰ ਮਚਾਉਂਦਾ ਸਾਡਾ ਮੀਡੀਆ, ਬਲਦੀ ਦੇ ਉੱਤੇ ਤੇਲ ਪਾਉਂਦਾ ਸਾਡਾ ਮੀਡੀਆ। ਪੰਜ ਸੱਤ ਭੌਂਕੜ ਸਟੂਡੀਓ ਚ ਬਹਿੰਦੇ ਨੇ, ਕੁੱਤਿਆਂ ਦੇ ਵਾਂਗੂ ਇੱਕ ਦੂਜੇ ਨੂੰ ਜੋ ਪੈਂਦੇ ਨੇ, ਦੇ ਦਿਓ ਬੰਦੂਕਾਂ ਕੇਰਾ ਬਾਰਡਰਾਂ ਤੇ ਭੇਜੋ ਜਰਾ, ਸਾਰਾ ਪਤਾ ਲੱਗ ਜੂਏ ਕਿਹੜੇ ਪਾਣੀ ਰਹਿੰਦੇ ਨੇ। ਟੀਵੀ ਨਾ ਚਲਾਓ ਲੋਕੋ, ਖੁਦ ਨੂੰ ਬਚਾਓ ਲੋਕੋ, ਓਏ ਟੀਵੀ ਨਾ ਚਲਾਓ ਲੋਕੋ, ਖੁਦ ਨੂੰ ਬਚਾਓ ਲੋਕੋ, ਝੂਠ ਥੱਲੇ ਸੱਚ ਨੂੰ ਲੁਕਾਉਂਦਾ ਸਾਡਾ ਮੀਡੀਆ, ਮੱਚਦੀ ਹੋਈ ਅੱਗ ਨੂੰ ਮਚਾਉਂਦਾ ਸਾਡਾ ਮੀਡੀਆ, ਬਲਦੀ ਦੇ ਉੱਤੇ ਤੇਲ ਪਾਉਂਦਾ ਸਾਡਾ ਮੀਡੀਆ। ਸਾਰੇ ਨਹੀਂਓ ਮਾੜੇ, ਸਾਰੇ ਨਹੀਂਓ ਮਾੜੇ, ਵਿੱਚੋਂ ਥੋੜੇ ਬਹੁਤ ਚੰਗੇ ਆ, ਜਿਹੜੇ ਜਿਹੜੇ ਚੰਗੇ ਆ ਉਹ ਸੂਲੀ ਉੱਤੇ ਟੰਗੇ ਆ, ਕਈ ਤਾਂ ਵਿਚਾਰੇ ਬਹੁਤੇ ਚੈਨਲਾਂ ਨੇ ਕੱਢ ਤੇ, ਔਰ ਰੋਟੀ ਤੋਂ ਵੀ ਔਖੇ ਉਹ ਹਾਲਾਤ ਬੜੇ ਮੰਦੇ ਆ। ਸੱਚ ਨੂੰ ਸਲਾਮ ਮੇਰੀ ਜਿੰਦ ਮੇਰੀ ਜਾਨ, ਸੱਚ ਨੂੰ ਸਲਾਮ ਮੇਰੀ ਜਿੰਦ ਮੇਰੀ ਜਾਨ, ਚੌਥਾ ਥੰਮ ਕਦੇ ਸੀ ਕਹਾਉਂਦਾ ਸਾਡਾ ਮੀਡੀਆ, ਪਰ ਹੁਣ ਮੱਚਦੀ ਹੋਈ ਅੱਗ ਨੂੰ ਮਚਾਉਂਦਾ ਸਾਡਾ ਮੀਡੀਆ, ਦੰਗੇ ਦੇਸ਼ ਵਿੱਚ ਕਰਵਾਉਂਦਾ ਸਾਡਾ ਮੀਡੀਆ, ਜਾਤਾਂ ਪਾਤਾਂ ਵਾਲੇ ਪੰਗੇ ਨਿੱਤ ਹੀ ਉਛਾਲਦਾ, ਅੱਗ ਕਿੱਦਾਂ ਲੱਗਣੀ ਏ ਮੌਕੇ ਰਹੇ ਭਾਲਦਾ, ਮੰਦਰਾਂ ਮਸੀਤਾਂ ਉੱਤੇ ਕਰਦਾ ਡਿਬੇਟਾਂ ਨਿੱਤ, ਰੋਟੀ ਰੁਜ਼ਗਾਰ ਦੀਆਂ ਮੁੱਦਿਆਂ ਨੂੰ ਟਾਲਦਾ, ਹਰ ਪਿੰਡ ਹਰ ਸ਼ਹਿਰ ਬੇਦੀ ਨਫ਼ਰਤਾਂ ਦਾ ਜ਼ਹਿਰ, ਹਰ ਪਿੰਡ ਹਰ ਸ਼ਹਿਰ ਬੇਦੀ ਨਫ਼ਰਤਾਂ ਦਾ ਜ਼ਹਿਰ, ਸਾਰੇ ਦੇਸ਼ ਵਿੱਚ ਦੰਗੇ ਕਰਵਾਉਂਦਾ ਸਾਡਾ ਮੀਡੀਆ, ਮੱਚਦੀ ਹੋਈ ਅੱਗ ਨੂੰ ਮਚਾਉਂਦਾ ਸਾਡਾ ਮੀਡੀਆ, ਬਲਦੀ ਦੇ ਉੱਤੇ ਤੇਲ ਪਾਉਂਦਾ ਸਾਡਾ ਮੀਡੀਆ, ਬਲਦੀ ਦੇ ਉੱਤੇ ਤੇਲ ਪਾਉਂਦਾ ਸਾਡਾ ਮੀਡੀਆ।